हेल्पलेस प्रोग्राम में तुहाडा सब दा स्वागत है। अज असीं तुहानूं लैके चल रहे हैं जिंदल मेडिसिटी हॉस्पिटल, जो कि 718 श्री गुरु हरगोबिंद नगर फगवाड़ा विखे स्थित है। हड्डियां दे मरीजां लई इह हॉस्पिटल किसी वरदान तो घट नहीं है। दूरों दूरों पेशेंट्स इत्थे पहुँचते हैं ते अपना इलाज करवाते हैं। साडी टीम ने इत्थे डॉक्टर मनीष जिंदल जी नाल गलबात की, जो कि MBBS ऑर्थो कंसल्टेंट ऑर्थोपेडिशन ने। डॉक्टर मनीष जिंदल जी नूं इस लाइन का बहुत ही लंबा तजर्बा है। साडी टीम नाल गलबात करदे डॉक्टर मनीष जिंदल जी ने जिंदल मेडिसिटी हॉस्पिटल बारे सानूं विस्तार नाल जानकारी दित्ती। आओ लैके चलते हैं तुहानूं जिंदल मेडिसिटी हॉस्पिटल फगवाड़ा। दर्शक पंजाबा चैनल ते तुहाडा स्वागत है। अज असीं तुहानूं नाल जा रहे हैं डॉक्टर मनीष जिंदल जी दे नाल, जिहड़े जिंदल मेडिसिटी हॉस्पिटल विखे अपने सेवा दे रहे ने। और ट्रोमा दी आपां गल कर लईए, जिदा जिदा हुण इक पेशेंट आया, जिस तरीके उन्होंने दसिया कि मैं जो पेशेंट भेजा सीगा वो इन्नी थावां तो हड्डी टुटी सी, और जिम्मे डॉक्टर साहब ने दसिया सानू भी डॉक्टर साहब भी फीलिंग यह लगती सी भी नहीं यार नहीं हो सकता है काम, लेकिन वाहेगुरु की कृपा के नाल वो जिहड़ी हैगी लेडीज ठीक होके अज बाहर का वीजा ला के इटली जा रही हैगी। डॉक्टर साहब स्वागत है तुहाडा साडे स्पैशल शो च, की कहना चाहोगे कि नमस्कार डॉक्टर साहब, मैं दसना चाहूँगा एक पेशेंट रात में मेरे को आई, किसी होस्पिटल तो शिफ्ट होके इत्थे आए, वो लेडी का मैनू लगता है लगभग हर शरीर की एक हड्डी टुटी हुई सी। जो वो इत्थे आई तो उसका BP बड़ा घट सी, उसकी पल्स बहुत ज़्यादा वो सी, सैचुरेशन भी नहीं हैगी सी, पर असी उसनू ब्लड ट्रांसफ्यूजन दिता तो एक एक स्टैप पर उसकी एक एक स्टैप सर्जरी करते गए, तो रब की कृपा नाल हुण वो कुड़ी चलती है। मैनू लगता है वो एक महीना साढ़े होस्पिटल च रही, तो पर हूँ पूरा अपने पैरों पर खड़ा हो गया, अपने घर वाले नाल वो इटली जा रही है। ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿੰਦਲ ਮੈਡੀਸਿਟੀ ਹੋਸਪਿਟਲ ਆ ਜਿਹੜਾ ਟਰੋਮਾ ਦਾ ਇੱਕ ਵਧੀਆ ਸੈਕਟਰ ਹੁਣ ਬਣ ਚੁੱਕਿਆ ਹੈਗਾ, ਜਿਹਦੇ 'ਚ ਬਹੁਤ ਜ਼ਿਆਦਾ ਐਕਸੀਡੈਂਟ ਦੇ ਪੇਸ਼ੈਂਟਸ ਹੋਰ ਵੀ ਜਿਹੜੇ ਹੈਗੇ ਇੱਥੋਂ ਸਹੀ ਹੋ ਕੇ ਜਾ ਚੁੱਕੇ ਨੇ, ਔਰ ਇੱਕ ਮਲਟੀ ਸਪੈਸ਼ਲਿਟੀ ਵੱਲ ਹੋਰ ਅਗਰਸਰ ਹੋ ਰਿਹਾ। ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਤਾਂ ਦੇਖੋ ਅਸੀਂ ਟਰੋਮਾ ਤਾਂ ਲੈਂਦੇ ਹੀ ਲੈਂਦੇ ਹਾਂ, ਹੁਣ ਅਸੀਂ ਬਜ਼ੁਰਗ ਮਾਤਾ ਜਿਹੜੇ ਕਿ ਜਿਨ੍ਹਾਂ ਦੇ ਚੂਲੇ ਟੁੱਟ ਜਾਂਦੇ ਨੇ, ਆਮ ਤੌਰ 'ਤੇ ਪਹਿਲਾਂ ਉਹਨਾਂ ਦੀ ਪਲੇਟਾਂ ਪਾਈ ਜਾਂਦੀਆਂ ਸੀ, ਅਸੀਂ ਉਹਨਾਂ ਦੀ ਨਾ ਅੱਜ ਕੱਲ੍ਹ ਰੋਡ ਪਾ ਕੇ ਦੂਸਰੇ ਦਿਨ ਉਹਨਾਂ ਨੂੰ ਖੜ੍ਹਾ ਕਰਦੇ ਹਾਂ ਅਤੇ ਚਲਾ ਰਹੇ ਹਾਂ। ਇਹ ਇੱਕ ਸਾਡੇ ਹੋਸਪਿਟਲ ਦੀ ਖਾਸੀਅਤ ਹੈ ਕਿ ਪੇਸ਼ੈਂਟ 2 ਦਿਨਾਂ ਬਾਅਦ ਚੱਲਦਾ ਹੈ, ਮਾਤਾ ਖਾਸ ਕਰਕੇ ਮਾਤਾ ਲੇਡੀਆਂ ਜਿਹੜੀਆਂ ਕਿ 80-80 ਸਾਲ ਦੀਆਂ 90-90 ਸਾਲ ਦੀਆਂ ਨੇ, ਅਤੇ ਟਰੋਮਾ ਤੋਂ ਬਿਨਾਂ ਅਸੀਂ ਇਸ ਹੋਸਪਿਟਲ 'ਚ ਜੁਆਇੰਟ ਰਿਪਲੇਸਮੈਂਟ ਜਿਵੇਂ ਕਿ ਚੂੜੇ, ਗੋਡੇ, ਮੋਢਾ ਅਤੇ ਕੁਨੀ ਦੇ ਜੋਲ ਵੀ ਅਸੀਂ ਬਦਲਦੇ ਹਾਂ, ਅਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਖਿਡਾਰੀ ਭਰਾ ਨੇ ਸਾਡੇ ਉਹਨਾਂ ਦੇ ਲਿਗਾਮੈਂਟ ਖੇਲਦੇ ਹੋਏ ਟੁੱਟ ਜਾਂਦੇ ਨੇ ਜਾਂ ਕਿਸੇ ਦਾ ਮੋਢਾ ਬਾਰ ਬਾਰ ਉਤਰਦਾ ਹੈ, ਅਸੀਂ ਉਹਨਾਂ ਨੂੰ ਦੂਰਬੀਨ ਨਾਲ ਵੀ ਓਪਰੇਟ ਕਰਦੇ ਹਾਂ। ਅਸੀਂ ਕੀ ਕਹਿਣਾ ਚਾਹੋਗੇ ਕਿ ਇਹ ਸਰਜਰੀਆਂ ਜਿਹੜੀਆਂ ਪਹਿਲਾਂ ਬਹੁਤ ਜਟਲ ਹੁੰਦੀਆਂ ਸੀਗੀਆਂ, ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਬਲੱਡ ਸ਼ੈਡਿੰਗ ਬਹੁਤ ਹੋਊਗੀ, ਔਰ ਅੱਜ ਕੱਲ੍ਹ ਇੱਕ ਸਿੰਪਲ ਪ੍ਰੋਸੀਜਰਸ ਹੈਗੇ ਆ ਜਿਹਨਾਂ 'ਚ ਬਲੱਡ ਸ਼ੈਡਿੰਗ ਬੜਾ ਘੱਟ ਆ, ਔਰ ਲੋਕਾਂ ਨੂੰ ਜਦੋਂ ਆਪਾਂ ਕਹਿੰਦੇ ਗੋਡਾ ਬਦਲਣਾ ਉਹਨਾਂ ਨੂੰ ਲੱਗਦਾ ਪਤਾ ਨਹੀਂ ਗੋਡਾ ਵੱਢਿਆ ਜਾਊਗਾ, ਕੀ ਕਹਿਣਾ ਚਾਹੋਗੇ ਕਿ ਬਹੁਤ ਥੋੜ੍ਹਾ ਕੱਟ ਹੈਗਾ, ਔਰ ਉਹ ਵੀ ਜਿਹੜਾ ਕੱਟ ਹੈਗਾ ਉਹ ਵੀ ਨੈਵੀਗੇਸ਼ਨ ਦੇ ਨਾਲ ਹੈਗਾ, ਔਰ ਜਿਸ ਤਰੀਕੇ ਦੇ ਨਾਲ ਤੁਸੀਂ ਕੰਪਿਊਟਰ ਨੈਵੀਗੇਸ਼ਨ ਨਾਲ ਆਪਣੇ ਸੇਵਾਵਾਂ ਦੇ ਰਹੇ ਹੋ, ਔਰ ਇਸ ਸਥਾਨ ਦੇ ਉੱਪਰ ਜਿਹੜੇ ਗੋਡੇ ਹੈਗੇ ਆ ਉਹ ਵੀ ਵਧੀਆ ਕੁਆਲਿਟੀ ਦੇ ਉੱਪਰ, ਮਤਲਬ ਜਿਹੜੇ ਹੈਗੇ ਗੋਡੇ ਬਾਹਰਲੇ ਵਧੀਆ ਕੁਆਲਿਟੀ ਦੇ ਉੱਤੇ ਪੈ ਰਹੇ ਨੇ। ਸਰ ਦੇਖੋ ਪਹਿਲਾਂ ਅਤੇ ਹੁਣ ਦੇ ਨਾਲ ਤਾਂ ਬਹੁਤ ਜ਼ਿਆਦਾ ਤਕਨੀਕ ਦਾ ਫਰਕ ਹੈ ਕਿ ਪਹਿਲਾਂ ਨੋ ਡਾਊਟ ਪਹਿਲਾਂ ਬਲੱਡ ਜ਼ਿਆਦਾ ਨੁਕਸਾਨ ਹੁੰਦਾ ਸੀ, ਪਰ ਹੁਣ ਮੁਸ਼ਕਲ ਨਾਲ ਜੇ ਆਪਾਂ ਦੇਖੀਏ ਤਾਂ ਪੁਆਇੰਟਾਂ 'ਚ ਨੁਕਸਾਨ ਹੁੰਦਾ ਹੈ, ਅਤੇ ਪੇਸ਼ੈਂਟ ਜਿਹੜੀ ਹੁਣ ਟੈਕਨੀਕ ਅਸੀਂ ਯੂਜ਼ ਕਰਦੇ ਹਾਂ ਉਹਦੇ ਨਾਲ ਦੂਸਰੇ ਦਿਨ ਖੜ੍ਹਾ ਹੋ ਜਾਂਦਾ ਨੇ, ਉਹਦਾ ਕੋਈ ਦਰਦ ਨਹੀਂ ਹੁੰਦਾ। ਤੀਸਰੀ ਗੱਲ ਹੈ ਜਿੰਨੇ ਵੀ ਅਸੀਂ ਗੋਡੇ ਇਸ ਹੋਸਪਿਟਲ 'ਚ ਪਾਉਣੇ ਹੈ ਪਹਿਲੇ ਤੋਂ ਪਹਿਲਾਂ ਅਸੀਂ ਉਹ ਇਹ ਚੀਜ਼ ਦੇਖਦੇ ਹਾਂ ਕਿ ਉਹ ਗੋਡਾ ਬਾਹਰਲਾ ਹੀ ਹੋਵੇ, ਅਸੀਂ ਇੰਡੀਅਨ ਗੋਡਾ ਕੋਈ ਵੀ ਨਹੀਂ ਯੂਜ਼ ਕਰਦੇ। ਡਾਕਟਰ ਕੀ ਕਹਿਣਾ ਚਾਹੋਗੇ ਕਿ ਇਹ ਇੱਕ 24 ਆਵਰ ਹੋਸਪਿਟਲ ਹੈ ਜਿਹਦੇ ਵਿੱਚ ਰਾਤ ਨੂੰ ਵੀ ਐਮਰਜੈਂਸੀ ਜਿਹੜੀ ਹੈਗੀ ਹੈ ਹੈਂਡਲ ਕੀਤੀ ਜਾਂਦੀ ਹੈ, ਰਾਤ ਨੂੰ ਐਮਬੂਲੈਂਸ ਦੇ ਇੱਥੇ ਨਰਸਿੰਗ ਸਟਾਫ ਹੁੰਦਾ, ਔਰ ਇਹ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਿਆ, ਕਿਉਂਕਿ ਟਰੋਮਾ ਦੀ ਗੱਲ ਆਪਾਂ ਕਰੀਏ ਜਿੱਦਾਂ ਰਾਤ ਨੂੰ ਲੋਕਾਂ ਦੇ ਐਕਸੀਡੈਂਟ ਹੋ ਗਿਆ, ਕੋਈ ਹੋਰ ਪ੍ਰੋਬਲਮ ਆ ਗਈ, ਮਤਲਬ ਇਹ ਹੋਸਪਿਟਲ ਹੁਣ ਹੌਲੀ ਹੌਲੀ ਜਿਹੜਾ ਹੈਗਾ ਨਾ ਉਸ ਚੀਜ਼ 'ਚ ਬਣਦਾ ਜਾ ਰਿਹਾ ਕਿ ਲੋਕਾਂ ਦਾ ਜਿਹੜਾ ਜਿੱਦਾਂ ਹੁਣ ਆਪਾਂ ਵੀਰ ਜੀ ਨੂੰ ਦੇਖਿਆ, ਉਹਨਾਂ ਨੇ ਦੱਸਿਆ ਕਿ ਮੈਂ ਉਹ ਪੇਸ਼ੈਂਟ ਭੇਜਿਆ ਸੀਗਾ ਲੇਕਿਨ ਉਹਨੇ ਫੋਨ ਤੱਕ ਵੀ ਨਹੀਂ ਕਰਿਆ, ਉਹਨੇ ਮਤਲਬ ਜੀ ਉਹਨੂੰ ਪੇਸ਼ੈਂਟਾਂ ਨੂੰ ਲੋਕ ਧੀਰੇ ਧੀਰੇ ਜਿਹੜੀ ਹੈਗੀ ਹੈ ਚੇਨ ਬਣ ਰਹੀ ਹੈਗੀ, ਇੱਕ ਪੇਸ਼ੈਂਟ ਸਹੀ ਹੁੰਦਾ ਉਹ 3-4 ਪੇਸ਼ੈਂਟਾਂ ਨੂੰ ਅੱਗੇ ਅੱਗੇ ਘਰ ਰੈਫਰ ਕਰਦਾ ਹੈਗਾ। ਮੈਂ ਤਾਂ ਡਾਕਟਰ ਸਾਹਿਬ ਸੱਚਮੁੱਚ ਇਹੀ ਸੋਚਦਾ ਹਾਂ ਕਿ ਜਿਹੜੇ ਪੇਸ਼ੈਂਟ ਮੇਰੇ ਠੀਕ ਹੁੰਦੇ ਨੇ ਉਹੀ ਮੈਨੂੰ ਪੇਸ਼ੈਂਟ ਭੇਜਦੇ ਨੇ, ਮੈਂ ਦੇਖੋ ਇੱਥੇ ਦਾ ਨਹੀਂ ਹੈਗਾ ਸੀ ਪਰ ਹੁਣ ਮੈਨੂੰ ਇੱਥੋਂ ਦਾ ਹੀ ਬਣਾ ਤਾ ਲੋਕਾਂ ਨੇ, ਹੁਣ ਮੈਨੂੰ ਸਭ ਲੋਕ ਇੰਨਾ ਪਿਆਰ ਕਰਦੇ ਨੇ, ਮੇਰੇ ਪੇਸ਼ੈਂਟ ਇੰਨਾ ਪਿਆਰ ਕਰਦੇ ਨੇ ਅਤੇ ਮੈਂ ਕਦੇ ਕਹਿੰਦੇ ਨਹੀਂ ਕਿ ਮੈਂ ਇੱਥੋਂ ਦਾ ਨਹੀਂ ਹਾਂ ਜੀ।
ਇਹ ਮੇਰਾ ਸਿਰਫ ਪੇਸ਼ੈਂਟਾਂ ਦਾ ਪਿਆਰ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਖੜਾ ਕਰ ਦਿੱਤਾ। ਦੱਸ ਆਪਾਂ ਗੱਲ ਕਰ ਲਈਏ ਵਰਲਡ ਕਲਾਸ ਲੈਬ ਦੀ, ਗੱਲ ਕਰ ਲਈਏ ਆਪਾਂ ਵਿੱਚੇ ਲੈਬ ਵਿੱਚੇ ਮੈਡੀਕਲ ਸਟੋਰ, ਹਰ ਫੈਸਿਲਿਟੀ ਜਿਹੜੀ ਹੈਗੀ ਆ ਪੇਸ਼ੈਂਟ ਨੂੰ ਇੱਕੋ ਛੱਤ ਦੇ ਥੱਲੇ ਮਿਲਦੀ ਹੈਗੀ ਆ, ਕਿਉਂਕਿ ਰਾਤ ਨੂੰ ਅਗਰ ਆਪਾਂ ਟਰੋਮਾ ਦਾ ਕੋਈ ਪੇਸ਼ੈਂਟ ਆਉਂਦਾ ਤਾਂ ਰਾਤ ਨੂੰ ਆਪਣੇ ਕੋਲ ਸਾਰੇ ਟੈਸਟ ਹੈਗੇ ਆ, ਸਾਰਾ ਆਪਣੇ ਕੋਲ ਐਮਰਜੈਂਸੀ ਦੇ ਵਿੱਚ ਮੈਡੀਕਲ ਸਟੋਰ ਹੈਗਾ। ਕੀ ਕਹਿਣਾ ਚਾਹੋਗੇ ਕਿ ਕੋਈ ਵੀ ਜਿਹੜਾ ਪੇਸ਼ੈਂਟ ਆਉਂਦਾ ਉਹਨੂੰ ਇੱਕ ਘਰ ਵਾਂਗੂ ਜਿਹੜਾ ਹੈਗਾ ਐਟਮੋਸਫੇਅਰ, ਕਿਉਂਕਿ ਤੁਸੀਂ ਆਪਣੇ ਸਟਾਫ ਨੂੰ ਵੀ ਪਹਿਲਾਂ ਕੌਂਸਲ ਕਰਦੇ ਹੋ ਭਾਈ ਜਿਹੜਾ ਪੇਸ਼ੈਂਟ ਆ ਉਹ ਦੁੱਖ ਦਾ ਮਾਰਿਆ ਹੁੰਦਾ ਉਹਨੂੰ ਪ੍ਰੇਮ ਕਰਨਾ ਹੈਗਾ, ਤੁਹਾਡਾ ਜਿਹੜੇ ਨਰਸਿੰਗ ਸਟਾਫ ਆ, ਤੁਹਾਡੀ ਜਿਹੜੇ ਫਰੰਟ ਲਾਈਨ ਵਾਲੇ ਰਿਸੈਪਸ਼ਨ ਵਾਲੇ ਲੋਕ ਨੇ ਉਹ ਵੀ ਬੜੇ ਲਾਈਟ ਨਿਗਾਹ ਦੇ ਨਾਲ ਜਿਵੇਂ ਤੁਸੀਂ ਉਹਨਾਂ ਨੂੰ ਰੋਜ਼ ਕੌਂਸਲ ਕਰਦੇ ਹੋ ਵੀ ਭਾਈ ਆਪਾਂ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਬਹੁਤ ਪਿਆਰ ਦੇ ਨਾਲ ਧੰਮ ਦੇ ਨਾਲ ਉਹਨਾਂ ਗੱਲ ਕਰਨੀ ਆ, ਜਿੱਦਾਂ ਹੁਣੇ ਉਹਨੇ ਦੱਸ ਕੇ ਗਿਆ ਕਿ ਇੰਨੀ ਸਾਡੀ ਇੱਥੇ ਸੇਵਾ। ਐਕਚੁਅਲੀ ਇਹ ਸਰ ਜਦੋਂ ਵੀ ਪੇਸ਼ੈਂਟ ਆਉਂਦਾ ਉਹ ਪਹਿਲਾਂ ਹੀ ਆਲਰੇਡੀ ਦੁਖੀ ਹੁੰਦਾ ਹੈ, ਕੋਈ ਵੀ ਜੇ ਅਸੀਂ ਉਹਨਾਂ ਨਾਲ ਉੱਚੀ ਗੱਲ ਕਰਾਂਗੇ ਤਾਂ ਉਹ ਵਿਚਾਰੇ ਨੋ ਡਾਊਟ ਹੋਰ ਜ਼ਿਆਦਾ ਦੁਖੀ ਹੋਣਗੇ। ਅਤੇ ਦੂਜੀ ਗੱਲ ਇਹ ਹੈ ਕਿ ਸਾਡਾ ਮੈਂ ਇਸ ਤਰ੍ਹਾਂ ਦੇ 24 ਘੰਟੇ ਸਰਵਿਸ ਦੇ ਸਕਦਾ ਕਿਉਂਕਿ ਮੇਰਾ ਘਰ ਉੱਪਰ ਹੀ ਹੈ। ਦੂਜੀ ਮੇਰੀ ਲੈਬ ਦੀ ਗੱਲ ਜੇ ਕਰੀਏ, ਮੇਰੀ ਵਾਈਫ ਮੈਨੂੰ ਲੱਗਦਾ ਫਗਵਾੜੇ ਦੇ ਵਿੱਚੋਂ ਇਕੱਲੀ ਪੈਥੋਲੋਜਿਸਟ ਹੈ ਜਿਹੜੀ ਲੈਬ ਚਲਾ ਰਹੀ ਹੈ, ਇੱਥੇ ਸਾਰੇ ਲੈਬ ਦੇ ਸਪੈਸ਼ਲ ਟੈਸਟ ਹੋ ਰਹੇ ਨੇ ਅਤੇ ਮੇਰਾ ਸਟਾਫ ਇਕੱਲਾ, ਮੈਂ ਕੁਛ ਨਹੀਂ ਕਰ ਸਕਦਾ ਜਿੰਨੇ ਤੱਕ ਮੇਰਾ ਸਟਾਫ ਮਿਹਨਤ ਨਹੀਂ ਕਰਦਾ। ਉਹ ਬਹੁਤ ਹੀ ਚੰਗੇ ਨੇ ਅਤੇ ਮੇਰੇ ਹਰ ਪੇਸ਼ੈਂਟ ਦਾ ਪੂਰਾ ਖਿਆਲ ਰੱਖਦੇ ਨੇ। ਡਾਕਟਰ ਸਾਹਿਬ ਪਰਮਾਤਮਾ ਕਰੇ ਜਦੋਂ ਅਸੀਂ ਪਹਿਲਾਂ ਆਏ ਹਾਂ ਉਸ ਦੇ ਨਾਲ ਹੁਣ ਆਪਾਂ ਦੇਖਿਆ ਕਿ ਪੇਸ਼ੈਂਟ ਦੀ ਫਲੋ, ਲੋਕਾਂ ਦੀ ਫੁੱਟਫਾਲ ਜਿਹੜੀ ਹੈਗੀ ਆ, ਲੋਕ ਜਦੋਂ ਹੌਲੀ ਹੌਲੀ ਦੇਖਦੇ ਇੱਕ ਦੂਜੇ ਨੂੰ ਦੇਖਦੇ ਨੇ ਔਰ ਰਿਜ਼ਲਟਸ ਆ ਰਹੇ ਨੇ, ਤੁਹਾਨੂੰ ਪਰਮਾਤਮਾ ਹੋਰ ਉਚਾਈਆਂ 'ਤੇ ਲੈ ਕੇ ਜਾਵੇ। ਜਦੋਂ ਅਸੀਂ ਅਗਲੀ ਜਾਈਏ ਸਾਨੂੰ ਹੋਰ ਟਾਈਮ ਹੀ ਨਾ ਮਿਲੇ ਤੁਹਾਨੂੰ ਮਿਲਣ ਦਾ ਔਰ ਇੰਨੇ ਹੀ ਜ਼ਿਆਦਾ ਪੇਸ਼ੈਂਟ ਹੋਰ ਜ਼ਿਆਦਾ ਹੋਣ। ਅੱਜ ਵੀ ਸਾਨੂੰ ਘੰਟੇ ਬਾਅਦ ਵਾਰੀ ਆਈ ਹੈ ਅਤੇ ਉਸ ਤੋਂ ਬਾਅਦ 3-4 ਘੰਟੇ ਬਾਅਦ ਆਵੇ ਤੁਹਾਡਾ, ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਮੈਂ ਤੁਹਾਡਾ ਆਭਾਰੀ ਹਾਂ ਕਿ ਤੁਸੀਂ ਮੇਰੇ ਬਾਰੇ ਇੰਨਾ ਚੰਗਾ ਸ਼ਬਦ ਬੋਲੇ। ਅੱਜ ਅਸੀਂ ਪੰਜਾਬ ਪਲੱਸ ਟੀਵੀ ਦਾ ਨਿੱਘਾ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਇਹ ਸਾਡੀ ਪੂਰੀ ਟੀਮ ਜਿੰਦਲ ਮੈਡੀਸਿਟੀ ਹੋਸਪਿਟਲ ਦੇ ਵਿੱਚ ਪਹੁੰਚੀ ਹੈ। ਆਓ ਤੁਹਾਨੂੰ ਅੰਦਰ ਅਸੀਂ ਆਪਣੇ ਹੋਸਪਿਟਲ ਦੀ ਵਿਜ਼ਿਟ ਕਰਾ ਰਹੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਸਾਡੀ ਗੁਪਤਾ ਲੈਬ ਹੈਗੀ ਹੈ, ਇਹਦੇ ਵਿੱਚ ਸਭ ਤੋਂ ਵਧੀਆ ਮਸ਼ੀਨਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਆਧੁਨਿਕ ਟੈਸਟ ਕੀਤੇ ਜਾਂਦੇ ਹਨ। ਇਹ ਸਾਡੇ ਹੋਸਪਿਟਲ ਦਾ ਰਿਸੈਪਸ਼ਨ ਏਰੀਆ ਹੈਗਾ ਜਿੱਥੇ ਅਸੀਂ ਪੇਸ਼ੈਂਟ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕਰਦੇ ਹਾਂ ਅਤੇ ਬਹੁਤ ਹੀ ਆਸਾਨੀ ਦੇ ਨਾਲ ਜੋ ਵੀ ਇਹਨਾਂ ਦੀ ਪ੍ਰੋਬਲਮਸ ਹੈਗੀ ਆ ਉਹਨਾਂ ਨੂੰ ਠੀਕ ਢੰਗ ਨਾਲ ਤਰੀਕੇ ਨਾਲ ਠੀਕ ਕਰਦੇ ਹੈਗੇ ਆ। ਇਹ ਸਾਡੇ ਹੋਸਪਿਟਲ ਦਾ ਵੇਟਿੰਗ ਏਰੀਆ ਹੈਗਾ ਜਿੱਥੇ ਕਿ ਪੇਸ਼ੈਂਟ ਆਪਣੇ ਵਾਰੀ ਸਿਰ ਬੈਠ ਕੇ ਆਪਣੀ ਵੇਟਿੰਗ ਵਾਰੀ ਦਾ ਇੰਤਜ਼ਾਰ ਕਰਦੇ ਹਨ। ਸਾਡੇ ਹੋਸਪਿਟਲ ਦਾ ਡਰੈਸਿੰਗ ਰੂਮ ਹੈਗਾ ਹੈ ਜਿੱਥੇ ਕਿ ਅਸੀਂ ਕਾਸਟ ਰੂਮ ਵਗੈਰਾ ਜਾਂ ਪੇਸ਼ੈਂਟ ਦੀ ਡਰੈਸਿੰਗ ਵਗੈਰਾ ਕਰਦੇ ਹੈਗੇ ਹਾਂ। ਇਹ ਸਾਡੇ ਹੋਸਪਿਟਲ ਦੀ ਫਾਰਮੇਸੀ ਹੈਗੀ ਹੈ ਜਿੱਥੇ ਕਿ ਹਰੇਕ ਪੇਸ਼ੈਂਟ ਨੂੰ ਕੋਈ ਵੀ ਦਵਾਈ ਲੈਣ ਲਈ ਬਾਹਰ ਨਹੀਂ ਜਾਣਾ ਪੈਂਦਾ, ਹਰੇਕ ਦਵਾਈ ਇੱਥੋਂ ਹੀ ਪ੍ਰੋਵਾਈਡ ਹੋ ਜਾਂਦੀ ਹੈਗੀ ਹੈ ਅਤੇ ਸਾਰੀਆਂ ਸਹੂਲਤਾਂ ਸਾਡੇ ਹੋਸਪਿਟਲ ਦੇ ਵਿੱਚ ਪ੍ਰੋਵਾਈਡ ਹਨ। ਸਾਡੇ ਹੋਸਪਿਟਲ ਦਾ ICU ਰੂਮ ਹੈ ਜਿੱਥੇ ਬੈੱਡ, ਹਰ ਤਰ੍ਹਾਂ ਦਾ ਬੈੱਡ, ਕੰਸਲਟੇਟਰ ਮਸ਼ੀਨ ਔਰ ਮੋਨੀਟਰ ਔਰ AC ਏਅਰ ਕੰਡੀਸ਼ਨਰ ਰੂਮ ਹੈ। ਠੀਕ ਹੈ, ਹਰ ਤਰ੍ਹਾਂ ਦੀ ਪੇਸ਼ੈਂਟ ਨੂੰ ਸਹੂਲਤ ਦਿੱਤੀ ਜਾਂਦੀ ਹੈ, ਕੋਈ ਵੀ ਪੇਸ਼ੈਂਟ ਨੂੰ ਪ੍ਰੋਬਲਮ ਨਹੀਂ ਹੁੰਦੀ ICU ਦੇ। ਇਹ ਸਾਡੇ ਤੁਸੀਂ ਦੇਖ ਰਹੇ ਹੋ ਕਿ ਐਕਸਰੇ ਰੂਮ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਇਸ ਐਕਸਰੇ ਰੂਮ ਦੇ ਵਿੱਚ ਅਲੈਂਜਰਸ ਕੰਪਨੀ ਦੀ ਮਸ਼ੀਨ ਲੱਗੀ ਹੋਈ ਹੈ, ਜਿਵੇਂ ਕਿ ਇਹਦੇ ਵਿੱਚ ਜੋ ਵੀ ਐਕਸਰੇ ਕੀਤੇ ਜਾਂਦੇ ਹਨ ਮਰੀਜ਼ਾਂ ਦੇ ਡਿਜੀਟਲ ਤਰੀਕੇ ਦੇ ਨਾਲ ਕੀਤੇ ਜਾਂਦੇ ਹਨ।